ਜਿਹੜਾ ਡੇਲੀ ਦਾ ਕੰਮ ਧੰਦਾ ਕਰਨ ਵਾਲਾ ਹੁੰਦਾ, ਫਿਲਟਰ ਫੁਲਟਰ ਝਾੜਨਾ ਜਾਂ ਤੇਲ ਪਾਣੀ ਦੇਖਣਾ, ਉਹ ਸਾਰਾ ਕੰਮ ਨਿਬੇੜਤਾ, ਮਸ਼ੀਨ ਤਿਆਰ ਆ, ਲੈ ਕੇ ਚੱਲਦਾ ਖੇਤ 'ਚ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਪਿੰਦਰ ਪ੍ਰਿੰਸ 'ਤੇ। ਮੈਂ ਪਿੰਦਰ, ਸ਼ੁਰੂ ਕਰਦੇ ਅੱਜ ਦਾ ਬਲੌਗ। ਮਸ਼ੀਨ ਆ ਗਈ ਆਪਣੀ, ਅਤੇ ਖੇਤ ਵਾਲਾ ਬੰਦਾ ਹਾਲੇ ਆਇਆ ਨਹੀਂ, ਉਹਦੇ ਆਉਣ 'ਤੇ ਕਰਦੇ ਹਾਂ ਸਟਾਰਟ। ਬਾਕੀ ਜਿਹੜੀ ਆਪਣੀ ਛੋਟੀ ਮਸ਼ੀਨ ਆ, ਉਹ ਇੱਧਰੋਂ ਡੀਜ਼ਲ ਲੈਣ ਗਈ ਹੋਈ ਆ, ਉਹਦਾ ਟੈਂਕ ਫੁੱਲ ਕਰਾਇਆ। ਇਹਦੇ ਵਾਸਤੇ ਆਪਣੇ ਦੋ ਕੇਨਾਂ ਮੰਗਾ ਲਈਆਂ ਤੀਆਂ 60-60 ਲੀਟਰ ਦੀਆਂ, ਇੱਥੇ ਕਢਾ ਲੈਣੇ, ਨਾਲੇ ਉਹ ਕੇਨਾਂ ਪੜਾਂਗੇ। ਇੰਨੇ ਨੂੰ ਖੇਤ ਵਾਲਾ ਬੰਦਾ ਜੀ ਫਿਰ ਸਟਾਰਟ ਕਰਦੇ ਹਾਂ। ਰਾਤ ਆਪਾਂ ਆਹ ਵੱਢਿਆ ਦਾ ਖੇਤ, ਖੇਤ ਵੱਢਣ ਤੋਂ ਬਾਅਦ ਤਰੇਲ ਜ਼ਿਆਦਾ ਲੱਗ ਗਈ ਪੈਣ, ਤਾਂ ਕਰਕੇ ਇਹਦੇ 5-4 ਖੱਤੇ ਵੱਢ ਕੇ ਫਿਰ ਲੈ ਗਈ ਸੀ ਮਸ਼ੀਨ। ਇਹਨਾਂ ਦੇ ਜਿਹੜੇ ਖੱਤੇ ਨੇ, ਇਹ ਬਾਹਲੇ ਵੱਡੇ ਨਹੀਂ ਹੁੰਦੇ। ਜਿਵੇਂ ਖੱਤੇ ਦੀ ਇੱਕ ਵੱਟ ਤਾਂ ਆ ਗਈ, ਅਤੇ ਇੱਕ ਵੱਟੋ ਸਾਹਮਣੇ ਜਿਹੜੀ ਇਹ ਆ, ਇਹ ਇੱਕ ਗੀਲੇ 'ਚ ਇਹਨਾਂ ਦੇ 5-6 ਖੱਤੇ ਬਣਾਏ ਹੁੰਦੇ ਨੇ, ਜਿਨ੍ਹਾਂ ਨੂੰ ਇਹ ਮੜੀਆਂ ਕਹਿੰਦੇ ਨੇ। ਇੱਥੇ ਮਸ਼ੀਨ ਤਾਰਨ ਲੱਗੀ, ਵੱਟ ਵੱਟ ਦੇਖ ਕੇ ਤਾਰਨੀ ਪੈਂਦੀ ਆ, ਕਿਉਂਕਿ ਖੱਤੇ ਉੱਚੇ ਨੇ, ਮੈਂ ਜ਼ਿਆਦਾ ਨੇ, ਅਤੇ ਮਸ਼ੀਨ ਦਾ ਹੇਠੋਂ ਫੈਨ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ। ਆਹ ਖੱਤਾ ਬਣ ਗਿਆ, ਜਿਵੇਂ ਇੱਕ ਦੋ ਖੱਤੇ ਆਹ ਬਣ ਗਏ, ਇਹਨਾਂ ਦੇ ਕਿੱਲੇ 'ਚ 5-6 ਖੱਤੇ ਹੁੰਦੇ ਨੇ। ਆਹ ਆ ਗਈ ਮਸ਼ੀਨ ਆਪਣੀ ਡੀਜ਼ਲ ਲੈ ਕੇ, ਇਹਦਾ ਟੈਂਕ ਫੁੱਲ ਆ, ਅਤੇ ਦੋ ਕਿੰਨਾ ਉੱਪਰ ਰੱਖੇ ਹੋਏ ਨੇ ਆਹ ਮਸ਼ੀਨ ਦੇ, ਆ ਭਰ ਕੇ ਵੱਡੀ ਮਸ਼ੀਨ ਦੇ ਆ। ਹੁਣ ਉਹ ਲਾਉਣੇ ਆ, ਲਾ ਕੇ 'ਚ ਡੀਲ ਪਾ ਕੇ ਇਹਨੂੰ ਚਲਾਉਣਾ, ਅਤੇ ਇਹ ਅੱਗੇ ਵੱਢਣ ਜਾਊਗੀ ਛੋਟੀ ਮਸ਼ੀਨ। ਇੱਥੋਂ ਲੈ ਲਾ ਸਾਈਡ 'ਤੇ, ਟਾਈਮ 10 ਵੱਜ ਗਏ, ਹੁਣ ਮਸ਼ੀਨ ਸਟਾਰਟ ਲੱਗਿਆ ਕਰਨ। ਪਹਿਲਾਂ ਖੇਤ ਵਾਲੇ ਕਰਕੇ ਖੜ੍ਹੇ ਰਹੇ ਮਸ਼ੀਨ ਸਟਾਰਟ ਕਰਨ, ਕਿੰਨੇ ਹੋ ਫਿਰ ਆ ਟਰੈਕਟਰ ਵਾਲੇ ਪਿੱਛੇ। ਟਰੈਕਟਰ ਵਾਲੇ ਪਿੱਛੇ ਤਾਂ ਖੜ੍ਹੇ ਆ ਕਿਉਂਕਿ ਹੁਣ ਮਸ਼ੀਨ ਨੇ ਉਹ ਪਰਲੇ ਸਿਰੇ ਗਾਹਾਂ ਜਾਣਾ ਵੱਢਣ, ਅਤੇ ਉੱਥੋਂ ਟੈਂਕ ਭਰ ਕੇ ਲਿਆ ਕੇ ਪੂਰੇ ਪਾਉਣਾ ਔਖਾ ਮਸ਼ੀਨ ਨੂੰ, ਇਹਨਾਂ ਦੇ ਵੱਟਾਂ ਬਹੁਤ ਬੜੀਆਂ ਬੜੀਆਂ ਨੇ। ਅਤੇ ਇਹ ਟਰੈਕਟਰ ਵਾਲਾ ਜਿਹੜਾ, ਇਹ ਜਿਵੇਂ ਆਹ ਉਰੇ ਰੀਪਰ ਮਾਰਿਆ ਹੋਇਆ ਕਰਚਿਆਂ 'ਤੇ, ਐਂ ਰੀਪਰ ਮਾਰਨ ਗਿਆ ਜੀ, ਇਹ ਰੀਪਰ ਮਾਰਨ ਦਾ ਕਾਰਨ ਇਹ ਉਰੇ ਇਹ ਆਪਦੇ ਪੱਲੜ ਵਸਾ ਲੈਣਗੇ, ਪੱਲੜ ਵਸਾਉਣ ਤੋਂ ਬਾਅਦ ਇੱਥੇ ਹੀ ਦਾਣੇ ਸੁਕਾਉਣਗੇ, ਦਾਣੇ ਸੁਕਾਉਣ ਤੋਂ ਬਾਅਦ ਬਸ ਇੱਥੇ ਹੀ ਟਰੱਕ ਬੋਰੀਆਂ ਭਰ ਕੇ ਟਰੱਕ 'ਚ ਲੋਡ ਕਰ ਦੇਣਗੇ। ਇਹ ਜਿਵੇਂ ਸੜਕ 'ਤੇ ਤੁਹਾਨੂੰ ਦਿੰਦੇ ਨੇ, ਉਹ ਸਾਰੇ ਦਾਣੇ ਸੁਕਾਉਣ ਲੱਗੇ ਹੋਏ ਨੇ, ਜਾਂ ਉਹ ਜਿਹੜੇ ਤੁਹਾਨੂੰ ਪੱਲੜਾਂ ਹੇਠਾਂ ਢਕੇ ਦਿੰਦੇ ਨੇ, ਉਹ ਦਾਣੇ ਹੀ ਨੇ ਸਾਰੇ। ਜਿਵੇਂ ਛੋਟੀ ਮਸ਼ੀਨ ਦੇ ਨਾਲ ਆਪਣਾ ਉਹ ਮੁੰਡਾ ਛੱਡਿਆ ਹੋਇਆ, ਅਤੇ ਆਹ ਵੱਡੀ ਮਸ਼ੀਨ ਨਾਲ ਆ ਮੁੰਡਾ, ਇਹਨੇ ਸਵੇਰੇ ਮਸ਼ੀਨ ਲਿਆਉਣੀ ਆ, ਇਹਨੇ ਆਪੇ ਕਿਹਦੇ ਖੇਤ 'ਚ ਲਾਉਣੀ ਆ, ਕਿੱਥੇ ਚੱਲਣੀ ਆ, ਸਾਰੀ ਜ਼ਿੰਮੇਵਾਰੀ ਇਹਦੀ ਆ। ਇਹਨੇ ਸ਼ਾਮ ਨੂੰ ਜਾ ਕੇ ਆਪਾਂ ਨੂੰ ਸਾਰੇ ਖੇਤ ਲਿਖਾ ਦੇਣੇ ਵੀ ਕਿਹਦੇ ਕਿੰਨੇ ਵੱਡੇ ਨੇ। ਚੰਗੇ ਬੰਦੇ ਨੇ, ਇਹਨਾਂ ਦੀਆਂ ਇਹ ਜਿਹੜੀਆਂ ਟਰਾਲੀਆਂ ਨੇ, ਇਹ 51 ਇੰਚੀ ਮਸ਼ੀਨ ਦੇ ਇੱਕ ਟੈਂਕ ਨਾਲ ਫੁੱਲ ਵਾਂਗੂ ਹੋ ਜਾਂਦੀਆਂ ਨੇ, ਕਿਉਂਕਿ ਇਹਦਾ ਕਾਰਨ ਇਹ ਆ ਵੀ ਇਹ ਬਿੱਡ ਬੁੱਡ ਨਹੀਂ ਲਾਉਂਦੇ। ਸਿੰਗਲ ਟਾਇਰ ਦੀਆਂ ਟਰਾਲੀਆਂ ਨੇ, ਵੱਟਾਂ ਬੜੀਆਂ ਹੋਣ ਕਰਕੇ ਇਹ ਬਸ ਇੱਕ ਟੈਂਕ ਜਿਹਾ ਪਵਾ ਕੇ ਜਾਂ ਵੱਧੋ ਵੱਧ 2-4 ਬੋਰੀਆਂ ਉੱਪਰ ਪਵਾ ਕੇ ਲੈ ਜਾਂਦੇ ਨੇ। ਕਿਵੇਂ ਆ ਮਾਮੇ, ਇਹ ਕਿਵੇਂ ਗਿੱਲੀ ਸੁੱਕੀ? ਇਹ 3 ਖੱਤੇ ਵੱਢੇ ਜਾਣਗੇ, ਬਾਕੀ ਅੱਧੇ ਅੱਧੇ ਖੱਤੇ ਰਹਿਣਗੇ। ਅੱਛਾ ਅੱਛਾ, ਥੱਲੇ ਜਾ ਕੇ ਦੇਖਦੇ ਆ ਮਸ਼ੀਨ ਲਾ ਕੇ ਵੀ ਕਿਵੇਂ ਬਣਦਾ, ਗਿੱਲਾ ਹੈਗਾ ਥੱਲੇ, ਫਿਰ ਦੁਬਾਰਾ ਵੱਢਣਾ ਹੋਣਾ ਪਊਗਾ, ਦੁਬਾਰਾ 5-4 ਦਿਨਾਂ ਬਾਅਦ ਫਿਰ ਵੱਢਣੀ ਪਊਗੀ। ਅੱਛਾ ਅੱਛਾ, ਕਿੰਨਾ ਬਚੂ, ਕਿੰਨਾ ਕਿਹਦਾ ਬਚੂ? ਇਹਦਾ ਗਿੱਲਾ 52 ਬਚੂ। ਅੱਛਾ, ਦੁਬਾਰਾ ਵੱਢਣਾ, ਦੁਬਾਰੇ ਵੱਢਣਾ। ਹਾਂ ਠੀਕ ਆ ਠੀਕ, ਬਾਕੀ ਜਦੋਂ ਆਹ ਵੱਢ ਗਈ ਮਸ਼ੀਨ ਉਰੋਂ ਦੀ ਤਰਨੀ ਆ ਨੂੰ ਬਸ। ਕਿੱਥੋਂ ਦੀ? ਆਹ ਉਰੋਂ ਦੀ। ਅੱਛਾ ਅੱਛਾ, ਥੱਲੇ ਨਾ ਲੱਗੇ ਬਸ, ਵੱਟ ਬੜੀ ਆ ਇਹ। ਹਾਂ ਵੱਡੀ ਆ ਇਹ ਵੱਟ। ਠੀਕ ਆ ਠੀਕ। ਇਹਨਾਂ ਦੀਆਂ ਜਿਹੜੀਆਂ ਟਰਾਲੀਆਂ ਨੇ, ਇਹਨਾਂ 'ਤੇ ਐਵੇਂ ਕਮਾਣੀਆਂ ਲੱਗੀਆਂ ਹੋਈਆਂ ਨੇ। ਹਾਂ, ਇਹ ਇਹਨਾਂ ਨੂੰ ਐਕਸ਼ਨ ਕੱਟੇ ਕਹਿੰਦੇ ਨੇ। ਇਹਨਾਂ ਨੂੰ ਲਾਉਣ ਦਾ, ਇਹਨਾਂ ਦਾ ਕਾਰਨ ਇਹ ਆ ਵੀ ਇਹਨਾਂ ਦੇ ਜਿਹੜੇ ਵੱਟਾਂ ਨੇ ਉਹ ਬੜੀਆਂ ਨੇ, ਜਦੋਂ ਟਰਾਲੀ ਵੱਟ 'ਤੇ ਚੜ੍ਹਦੀ ਆ ਜਾਂ ਉਤਰਦੀ ਆ
ਉਹਦੇ ਨਾਲ ਟਰਾਲੀ ਦੇ ਪਲਟਣ ਦਾ ਖਤਰਾ ਘੱਟ ਜਾਂਦਾ। ਦੋ ਦਿਨਾਂ ਤੋਂ ਇਹ ਪਿੱਛੇ ਲੱਗਿਆ, ਮੇਰੀ ਵੱਢੋ। ਅੱਜ ਨਾ ਖੇਤ ਵੱਢਣ ਆ ਗਏ, ਖੇਤ ਵੱਢਣ ਆਏ ਹੋਏ। ਇਹ ਖੇਤ ਵੱਢਣ ਤੋਂ ਪਹਿਲਾਂ ਆਪ ਵੀ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਉਹਨੂੰ ਖੇਤ ਆਏ ਨੂੰ। ਜਦੋਂ ਅੱਜ ਆ ਕੇ ਇਹਦੇ ਖੇਤ ਮਸ਼ੀਨ ਲਾਈ ਤਾਂ ਇਹਦੇ 3-4 ਖੱਤਿਆਂ ਦਾ ਹਾਲ ਆ। ਇਹ ਖੇਤ ਵਾਲੇ ਦਾ ਸਾਰਾ ਖੇਤ ਵੱਢਿਆ ਗਿਆ, ਇਹਦੇ 2-3 ਖੱਤੇ ਰਹਿ ਗਏ ਵੱਢਣ ਵਾਲੇ। ਉਹਨਾਂ ਵਿੱਚ ਚਲਾ ਰੱਖੀਆਂ ਮਸ਼ੀਨ, ਅੱਗੇ ਪਿੱਛੇ ਕਰ ਕਰ ਵੱਢ ਰਹੇ ਹਾਂ। ਇਹਦੀਆਂ 2-3 ਦੋਗੀਆਂ ਬਚੀਆਂ, ਜਿਵੇਂ ਇੱਕ ਦੋਗੀ ਆ ਸੀ, ਇੱਕ ਉਹ ਅੱਗੇ ਖੜ੍ਹੀ ਆ, ਬਾਕੀ ਇਹਦਾ ਸਾਰਾ ਖੇਤ ਵੱਢਿਆ ਗਿਆ। ਅਤੇ ਆਪਾਂ ਨੂੰ ਇਹ 2-3 ਦੋਗੀਆਂ ਕੱਢਣ ਦੁਬਾਰੋਂ ਆਉਣਾ ਪਊਗਾ। ਕਿਵੇਂ ਆ? ਅੱਛਾ, ਚੱਲੂ ਇਹ ਇਹਨਾਂ ਦਾ? ਮੈਨੂੰ ਲੱਗਦਾ ਵੀ ਆਪਾਂ ਨੇ ਅੱਜ 3 ਪਾਸੇ ਖੇਤ ਵੱਢਿਆ, 3 ਪਾਸੇ ਖੇਤ ਵੱਢਣ ਕਰਕੇ 3 ਖੇਤਾਂ 'ਚ ਮਤਲਬ ਲੈ ਲਾ ਵੀ ਇੱਕ ਟੈਂਕ ਮਸ਼ੀਨ ਦਾ ਬੈਲੈਂਸ ਬਚ ਗਿਆ। ਉਹੀ ਗੱਲ, 1.5 ਖੱਤਾ ਬਚ ਗਿਆ, ਇੱਕ ਟੈਂਕ ਲਾ ਲਾ ਵੀ 3 ਖੇਤਾਂ 'ਚ। ਮਾਮੇ ਖੇਤ ਦੇਖੋ ਉਹਨਾਂ ਨਾਲ ਜਾ ਕੇ, ਉਹਨਾਂ ਦਾ ਰਸਤਾ ਦੇਖ ਕੇ ਆਉਣਾ ਖੇਤ ਦਾ। ਉਹ ਸਾਹਮਣੇ ਖੜ੍ਹੇ ਨੇ ਉਹ। ਹਾਂ, ਚਾ ਮੇਰੇ ਵਾਲਾ ਮੋਟਰਸਾਈਕਲ ਲੈ ਜਾ, ਚਾਬੀ ਉਹ ਤਾਂ ਹੈਗੀ, ਉਹਦਾ ਫੜ, ਚਾਬੀ ਵਾਲਾ ਫੜ, ਉਹਨਾਂ ਰਸਤਾ ਦੇਖਿਆ ਜਾਵੇ। ਅਤੇ ਸਵੇਰ ਦੀ ਮਸ਼ੀਨ ਇਹਨਾਂ ਦੀ ਚੱਲਦੀ ਸੀ, ਜਿਹੜਾ ਮੁੰਡਾ ਮਸ਼ੀਨ ਦੇ ਨਾਲ ਛੱਡਿਆ ਹੁੰਦਾ ਆਪਣਾ ਅੱਗੇ ਤੋਂ ਅੱਗੇ ਖੇਤ ਦੱਸਣ ਨੂੰ, ਇਹਨਾਂ ਦਾ ਨਿਬੜ ਗਿਆ। ਅਤੇ ਇਹਦੇ 3 ਖੇਤ ਵੱਢੇ ਨੇ, 3 ਖੇਤਾਂ 'ਚ ਇੱਕ ਦਾਣਿਆਂ ਦਾ ਟੈਂਕ ਬਚ ਗਿਆ, ਉਹ 2-3 ਦਿਨਾਂ ਬਾਅਦ ਵੱਢਾਂਗੇ। ਹੁਣ ਇੱਥੋਂ ਚੱਲਦੇ ਹਾਂ ਅਗਲੇ ਬੰਦੇ ਦੇ ਵੱਢਣਾ। ਆਪਾਂ ਨੇ ਉੱਧਰੋਂ ਖੇਤ ਦਾ ਕੰਮ ਨਿਮੇੜ ਕੇ ਤਾਂ ਦੂਜੇ ਬੰਦੇ ਦੇ ਲਿਆ ਕੇ ਸਟਾਰਟ ਕਰ ਦਿੱਤੀ ਖੇਤ ਦਾ। ਹਾਲੇ ਖੇਤ ਵਾਲਾ ਬੰਦਾ ਆਇਆ ਨਹੀਂ, ਅਤੇ ਆਪਾਂ ਜਦ ਤੱਕ ਇੱਕ ਅੱਧਾ ਹਫ਼ਤਾ ਇਹਦਾ ਵੱਢਦੇ ਹਾਂ ਜਦ ਤੱਕ ਖੇਤ ਵਾਲਾ ਬੰਦਾ ਆ ਜਾਊਗਾ। ਅੱਜ ਦੀ ਆਪਣੀ ਵਾਢੀ ਦਾ ਕੰਮ ਨਿਬੜ ਗਿਆ, ਅਤੇ ਮਸ਼ੀਨ ਨੂੰ ਝਾੜਦੇ ਹਾਂ, ਝਾੜ ਕੇ ਪਿੰਡ ਲੈ ਕੇ ਜਾਂਦੇ ਹਾਂ। ਜਿਹੜੀ ਇਹ ਮਸ਼ੀਨ ਆ ਠੀਕ ਠਾਕ ਚੱਲੇਗੀ, ਪਰ ਜਿਹੜੀ ਅੱਜ ਛੋਟੀ ਮਸ਼ੀਨ ਆ ਆਪਣੀ, ਉਹਦੇ ਫਲੈਟ ਐਡਲ ਦਾ ਸਪਰਿੰਗ ਟੁੱਟਣ ਕਾਰਨ ਉਹਨੇ ਥੋੜ੍ਹਾ ਜਿਹਾ ਬ੍ਰੇਕ ਡਾਊਨ ਦਿੱਤੀ ਆ। ਚੱਲਦੇ ਹਾਂ, ਚੱਲ ਕੇ ਉਹਦਾ ਫਲੈਟ ਐਡਲ ਦੇਖਦੇ ਹਾਂ ਅਤੇ ਉਹਦਾ ਕੰਮ ਕਾਰ ਕਰਦੇ ਹਾਂ। ਆਪਣੀਆਂ ਦੋਹੇ ਮਸ਼ੀਨਾਂ ਪਿੰਡ 'ਚ ਆ ਗਈਆਂ, ਅਤੇ ਹੁਣ ਜਿਹੜੀ ਆਹ ਮਸ਼ੀਨ ਆ, ਜਿਹੜੀ ਉਹ ਬ੍ਰੇਕ ਡਾਊਨ ਆਈ ਆ ਫਲੈਟ ਐਡਲ ਦੀ, ਉਹਨੂੰ ਕਰਦੇ ਹਾਂ ਸੈੱਟ। ਉਹਦੀ ਬ੍ਰੇਕ ਡਾਊਨ ਦਾ ਕਾਰਨ ਇਹ ਵੀ ਜਿਹੜਾ ਇਹਦੇ ਨਟ ਲੱਗਿਆ ਹੁੰਦਾ ਫਲੈਟ ਐਟਲ ਦੇ ਸਪਰਿੰਗ ਨੂੰ ਖਿੱਚਣ ਲਈ, ਉਹ ਨਟ ਟੁੱਟ ਗਿਆ। ਹੁਣ ਉਹਦਾ ਦੇਖਦੇ ਹਾਂ, ਵੈਲਡਿੰਗ ਵੁਲਡਿੰਗ ਕਰਵਾਉਣੇ ਆ, ਦੇਖਦੇ ਹਾਂ ਕੀ ਬਣਦਾ। ਮਸ਼ੀਨਾਂ ਖੜ੍ਹਾ ਤੀਆਂ, ਕੰਮ ਕਾਰ ਦੀ ਮਾੜਾ ਮੋਟਾ ਕਰ ਲਿਆ, ਹੁਣ ਚੱਲ ਰਿਹਾ ਰੋਟੀ ਪਾਣੀ। ਅਤੇ ਕੁਛ ਕੁ ਨਹਾਉਣ ਲੱਗੇ ਹੋਏ ਨੇ ਉੱਧਰ, ਅਤੇ ਇੱਧਰ ਰੋਟੀ ਪਾਣੀ ਚੱਲ ਰਿਹਾ। ਮਸ਼ੀਨ ਦੇ ਫਲੈਟ ਐਟਲ ਦਾ ਕੰਮ ਕਰਨਾ ਸੀ, ਉਹ ਕਰਤਾ, ਰੋਟੀ ਪਾਣੀ ਖਾ ਲਈ, ਅਤੇ ਹੁਣ ਪੈਣ ਦੀ ਤਿਆਰੀ ਆ। ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦੇ ਬਟਨ ਨੂੰ ਦੱਬ ਲਓ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀ ਵੀਡੀਓਜ਼ ਦਾ ਪਤਾ ਲੱਗਦਾ ਰਹੇ। ਬਾਕੀ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਬਲੌਗ ਦੇ ਨਾਲ।